ਸਰਬੋਤ ਸੰਗਤਾਂ ਨੂੰ ਮਹਾਨ ਪਵਿੱਤਰ ਸਥਾਨ ਤੱਕ ਸ੍ਰੀ ਹਰਮੰਦਰ ਪਟਨਾ ਸਾਹਿਬ ਜੀ ਦੇ ਦਰਸ਼ਨ ਦਰ ਮੇਲੇ ਇਸ ਪਾਵਨ ਪਵਿੱਤਰ ਸਥਾਨ ਦੇ ਚਰਨਾਂ ਦੀ ਧੂੜ ਪ੍ਰਾਪਤ ਹੋ ਰਹੀ ਹੈ ਅੱਜ ਸੰਗਤਾਂ ਕੁਝ ਨਦੇੜ ਸਾਹਿਬ ਸੱਚਖੰਡ ਦਰਸ਼ਨ ਕਰਕੇ ਆਈਆਂ ਹਨ ਕੁਝ ਸੰਗਤਾਂ ਨੇ ਦਰਸ਼ਨ ਕਰਨ ਜਾਣਾ ਹੈ ਸਤਿਗੁਰੂ ਪਾਸ਼ਾ ਦੀ ਮਿਹਰ ਦਾ ਸਦਕਾ ਇਹ ਸੁਭਾਗੇ ਸਮੇਂ ਪ੍ਰਾਪਤ ਹੁੰਦੇ ਹਨ ਤੁਹਾਡੇ ਜੀਵਨ ਵਿੱਚ ਘਟਨਾ ਜ਼ਰੂਰ ਵਾਪਰੀ ਹੋਵੇਗੀ ਕਿ ਕਈ ਵਾਰ ਜਦੋਂ ਸਤਿਗੁਰਾਂ ਦੀ ਮਿਹਰ ਨਹੀਂ ਹੁੰਦੀ ਤਾਂ ਪਿੰਡ ਦੇ ਗੁਰੂ ਘਰ ਜਾ ਕੇ ਵੀ ਮੱਛਾ ਟੇਕਣ ਦਾ ਸਮਾਂ ਨਹੀਂ ਮਿਲਦਾ ਮਹੀਨਾ ਮਹੀਨਾ 15-15 ਦਿਨ ਲੰਘ ਜਾਂਦੇ ਨੇ ਪਰ ਜਦੋਂ ਉਹਦੀ ਮਿਹਰ ਹੁੰਦੀ ਹੈ ਫਿਰ ਸਿੱਖੇ ਦੀ ਦੂਰ ਜਾਣ ਵਾਸਤੇ ਵੀ ਤਿਆਰੀ ਕਰ ਲੈਂਦਾ ਇਹ ਸਤਿਗੁਰਾਂ ਦੀ ਬਖਸ਼ਿਸ਼ ਹੈ ਚਲ ਲਈ ਲੜੀਵਾਰ ਕਥਾ ਬੇਨਤੀ ਕਰਕੇ ਪ੍ਰਬੰਧਕਾਂ ਨੂੰ ਅੱਜ ਸਮੁੱਚੇ ਤੌਰ ਤੇ ਤੁਹਾਡੀ ਸੇਵਾ ਵਿੱਚ ਵਰਲਡ ਲੈਵਲ ਦੇ ਸਭ ਤੋਂ ਮਸ਼ਹੂਰ ਟੀ ਸੀਰੀਜ਼ ਦੀ ਕੰਪਨੀ ਪੁਜੀ ਹੋਈ ਹੈ ਜੋ ਵਰਲਡ ਲੈਵਲ ਵਿੱਚ ਸਭ ਤੋਂ ਇੱਕ ਨੰਬਰ ਤੇ ਕੰਪਨੀ ਹੈ गोल्शन कुमार जी टी सीरीज वाले ਉਹਨਾਂ ਦੇ ਪੰਜ ਬੰਦੇ ਦਿੱਲੀ ਤੋਂ ਸਾਰੀ ਯਾਤਰਾ ਦੇ ਨਾਲ ਆਏ ਨੇ ਰਿਕਾਰਡਿੰਗ ਕਰ ਰਹੇ ਨੇ ਜਿਸ ਕਰਕੇ ਤੁਹਾਡੇ ਚਰਣਾ ਵਿੱਚ ਕੇਵਲ ਇਥੋਂ ਦੇ ਇਤਿਹਾਸ ਨਾਲ ਹੀ ਜੁੜਨਾ ਹੈ ਪਟਨਾ ਸਾਹਿਬ ਜੀ ਦਾ ਨਾਮ ਹੈ ਜਿੱਥੇ ਆਪਾਂ ਤੱਕ ਸਾਹਿਬ ਤੇ ਦਰਸ਼ਨ ਕਰ ਰਹੇ ਹਾਂ ਇਸ ਸ਼ਹਿਰ ਦੇ 17 ਨਾਮ ਬਦਲ ਚੁੱਕੇ ਨੇ ਮਸ਼ਹੂਰ ਨਾਮ ਪਹਿਲਾ ਪਾਟਲੀਪੁੱਤਰ ਮਹਾਰਾਜਾ ਅਸ਼ੋਕ ਦੀ ਰਾਜਧਾਨੀ ਵੀ ਇਹ ਰਿਹਾ ਹੈ ਬਿਸ਼ੰਵਰਪੁਰ ਵੀ ਇਹਨੂੰ ਕਹਿੰਦੇ ਸੀ ਪਟਨ ਨਾਮ ਫਾਰਸੀ ਵਿੱਚ ਸ਼ਹਿਰ ਦਾ ਹੈ ਪਟਨ ਪਾਟਨ ਕਈ ਵਾਰ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਹੈ ਕਬੀਰ ਪਾਟਨ ਤੇ ਊਜਰ ਭਲਾ ਪਟਨ ਸ਼ਹਿਰ ਨੂੰ ਕਹਿੰਦੇ ਨੇ ਪਰ ਜਦੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਹ ਸੇ ਅਵਤਾਰ ਧਾਰਨ ਕਰਨ ਦਾ ਸਮਾਂ ਆਇਆ ਉਸ ਦਿਨ ਤੋਂ ਹੀ ਸ਼ੇਰ ਦਾ ਨਾਮ ਪਟਨਾ ਸਾਹਿਬ ਹੋ ਗਿਆ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਰਾਏ ਭੋਏ ਦੀ ਤਲਵੰਡੀ ਸ੍ਰੀ ਨਨਕਾਣਾ ਸਾਹਿਬ ਵਿੱਚ ਹੋਇਆ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਅਵਤਾਰ ਸ੍ਰੀ ਮੁਕਸਰ ਸਾਹਿਬ ਜੀ ਤੋਂ 9 ਮੀਲ ਦੀ ਦੂਰੀ ਤੇ ਮੱਤੇ ਦੀ ਸਰਾਂ ਸਰਾਏ ਨਾਂਗ ਸ੍ਰੀ ਗੁਰੂ ਅਮਰਦਾਸ ਮਹਾਰਾਜੀ ਦਾ ਅਵਤਾਰ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਪਿੰਡ ਬਾਸਰਕੇ ਹੋਇਆ। ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜੀ ਦਾ ਅਵਤਾਰ ਲਾਹੌਰ ਸ਼ਹਿਰ ਵਿੱਚ ਚੂਨਾ ਮੰਡੀ ਜਿੱਥੇ ਸਤਗੁਰੂ ਰਾਮਦਾਸ ਮਹਾਰਾਜੀ ਦਾ ਅਵਤਾਰ ਹੋਇਆ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਅਵਤਾਰ ਸ੍ਰੀ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਤੇ ਛੇਵੇਂ ਪਾਤਸ਼ਾਹ ਮੇਰੀ ਪੀੜੇ ਦੇ ਮਾਲਕ ਹਰਗੋਬਿੰਦ ਸਾਹਿਬ ਮਹਾਰਾਜ ਤਰਨਤਾਰਨ ਸਾਹਿਬ ਦੇ ਕੋਲ ਹੈ ਪਿੰਡ ਬਡਾਲੀ ਸਾਹਿਬ ਸੱਤਵੇਂ ਪਾਤਸ਼ਾਹ ਗੁਰੂ ਹਰ Rai ਸਾਹਿਬ ਜੀ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਇਹਨਾਂ ਦੋ ਸਤਿਗੁਰਾਂ ਦੇ ਅਵਤਾਰ ਸ੍ਰੀ ਕੀਰਤਪੁਰ ਸਾਹਿਬ ਹੋਏ ਨੇ ਅਨੰਦਪੁਰ ਸਾਹਿਬ ਦੇ ਨੇੜੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਅਵਤਾਰ ਡੇੱਤੇ ਸਬੇ ठाਵ ਨਹੀਂ ਤੁਜੇ ਆ ਸ੍ਰੀ ਅੰਮਰਸਰ ਸਾਹਿਬ ਦੇ ਵਿੱਚ ਹੋਇਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਅਵਤਾਰ ਦਸਾਂ ਪਾਸ਼ਾੀਆਂ ਵਿੱਚੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਅਵਤਾਰ ਪੰਜਾਬ ਦੀ ਧਰਤੀ ਤੋਂ ਬਾਹਰ ਇਹ ਜਿਹਨੂੰ ਅੱਜ ਆਪਾਂ ਪਟਨਾ ਸਾਹਿਬ ਬਿਹਾਰ ਵਿੱਚ ਕਹਿੰਦੇ ਆ ਇਹ ਉਦੋਂ ਪਟਨਾ ਬੰਗਾਲ ਵਿੱਚ ਸੀ ਬੰਗਾਲ ਦਾ ਸ਼ਹਿਰ ਸੀ ਜਦੋਂ ਮਹਾਰਾਜ ਦਾ ਅਵਤਾਰ ਹੋਇਆ ਇੱਥੇ ਇਕੋ ਇੱਕ ਸਤਿਗੁਰਾਂ ਨੇ ਪੰਜਾਬ ਤੋਂ ਬਾਹਰ ਅਵਤਾਰ ਲਏ ਇਹਦਾ ਕੋਈ ਖਾਸ ਕਾਰਨ ਹੈ ਪ੍ਰੇਮਿਓ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੀ ਇਸ ਸਥਾਨ ਤੇ ਚਰਨ ਪਏ ਨੇ ਜਿੱਥੇ ਤੁਸੀਂ ਬੈਠੇ ਹੋ ਗੁਰੂ ਨਾਨਕ ਪਾਤਸ਼ਾਹ ਦੀ ਪਹਿਲੀ ਪੂਰਬ ਦੀ ਉਦਾਸੀ ਸਮੇਂ ਜਦੋਂ ਗੁਰੂ ਨਾਨਕ ਪਾਤਸ਼ਾਹ ਇੱਥੇ ਆਏ ਭਾਈ ਮਰਦਾਨੇ ਨੇ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ ਮੈਨੂੰ ਕੁਝ ਖਰਚ ਦਿਓ ਬੜਾ ਸੁੰਦਰ ਸ਼ਹਿਰ ਹੈ ਇਨਾ ਸ਼ਮਾਨੀ ਹੁੰਦਾ ਇਹ ਜੋ ਪਟਨਾ ਸ਼ਹਿਰ ਹੈ ਇਹ ਦਵਾਪੁਰ ਯੁਗ ਦਾ ਵਸਾਇਆ ਹੋਇਆ ਸ਼ਹਿਰ ਦਵਾਪੁਰ ਜਗ ਤੋਂ ਕਦੇ ਇੱਥੇ ਹੀ ਗੁਰਮੁਖ ਪਿਆਰਿਓ ਜਰਾਸੰਦਰ ਰਾਜ ਕਰਦਾ ਹੁੰਦਾ ਸੀ ਜਿਹਦੀਆਂ ਦੋ ਲੜਕੀਆਂ ਕਾਂਸ਼ ਨੂੰ ਵਿਆਈਆਂ ਹੋਈਆਂ ਸੀ ਕ੍ਰਿਸ਼ਨ ਜੀ ਦੇ ਜੀਨੇ ਕ੍ਰਿਸ਼ਨ ਜੀ ਨੇ ਜਿਹਦਾ ਨਾਸ਼ ਕੀਤਾ ਬੜਾ ਸੁੰਦਰ ਸ਼ਹਿਰ ਸੀ ਮਰਦਾਨਾ ਜੀ ਨੇ ਆਖਿਆ ਭੁੱਖ ਲੱਗੀ ਹੈ ਕੁਝ ਲੈਣ ਵਾਸਤੇ ਸਤਗੁਰੂ ਪਾਸ਼ਾ ਨੇ ਆਪਣੇ ਚਰਨਾਂ ਵਿੱਚੋਂ ਇੱਕ ਛੋਟੀ ਜੀ ਰੋੜੀ ਪੱਥਰ ਚੁੱਕ ਕੇ ਦਿੱਤਾ ਜਾ ਮਰਦਾਨਿਆਂ ਇਹਨੂੰ ਵੇਚ ਕੇ ਜੋ ਮਰਜੀ ਖਰੀਦ ਕੇ ਲੈ। ਬਚਨ ਮੰਨਣ ਵਾਲਾ ਸੀ ਸਰਦਾ ਸੀ ਗੁਰੂ ਨਾਨਕ ਦੇ ਬਚਨਾਂ ਤੇ ਇੱਥੇ ਸ਼ਹਿਰ ਵਿੱਚ ਫਿਰਿਆ ਕਿਸੇ ਨੇ ਉਹਦੀ ਦਮੜੀ ਨਹੀਂ ਦਿੱਤੀ ਵਾਪਸ ਗਿਆ ਫੇਰ ਭੇਜਿਆ ਮਹਾਰਾਜ ਨੇ ਕੋਈ ਆਏ ਮਿਲੇ ਗੋਗਾ ਹਕੀ ਲੈ ਗੋ ਮਹੰਗੇ ਮੋਲ। ਗੁਰਸ਼ਿਕ ਪਿਆਰਿਓ ਦੂਜੀ ਵਾਰ ਆਇਆ ਆ ਜਿਹੜੀ ਜਗ੍ਹਾ ਤੁਸੀਂ ਅਸਥਾਨ ਤੇ ਬੈਠੇ ਹੋ ਇਸ ਜਗ੍ਹਾ ਦਾ ਪਹਿਲਾ ਨਾਮ ਹੈ ਸੇਠ ਸਾਲਸਰਾਏ ਜੋਰੀ ਦੀ ਕੋਠੀ ਮਹਿਲ ਉਦੋਂ ਕੋਠੀ ਨਹੀਂ ਕਹਿੰਦੇ ਮਹਿਲ ਕਹਿੰਦੇ ਹੁੰਦੇ ਸੀ ਇਹ ਸ਼ਹਿਰ ਦਾ ਸਭ ਤੋਂ ਵੱਡਾ ਅਮੀਰ ਸਾਲਸਰਾਏ ਜੋਰੀ ਹੀਰੇ ਮੋਤੀਆਂ ਦਾ ਵਪਾਰ ਕਰਦਾ ਹੁੰਦਾ ਸੀ ਜਦੋਂ ਮਰਦਾਨਾ ਜੀ ਨੇ ਗੁਰੂ ਜੀ ਦਾ ਬਖਸ਼ਿਆ ਹੋਇਆ ਲਾਲ ਉਹਦੇ ਅੱਗੇ ਰੱਖਿਆ ਉਨੇ ਪਰਖ ਕੀਤੀ ਗੁਰਸਿੱਖ ਪਿਆਰਿਓ ਪਰਖ ਕਰਕੇ ਅੰਦਰ ਗਿਆ ਥਾਲ ਦੇ ਵਿੱਚ 101 ਰੁਪਈਆ ਚਾਂਦੀ ਦਾ ਤੇ ਨਾਲ ਕੀ ਖੀਰਾ ਉਹ ਵੀ ਲਿਆ ਕੇ ਮਰਦਾਨਾ ਜੀ ਨੂੰ ਦੇ ਦਿੱਤਾ ਮਰਦਾਨਾ ਜੀ ਨੇ ਆਖਿਆ ਸੇਠ ਸਾਹਿਬ ਐਨੀ ਮਾਇਆ ਦੰਨੇਓ ਤੇ ਮੇਰੀ ਚੀਜ਼ ਵੀ ਮੋੜਦੇ ਹੋ ਕਾਰਨ ਕੀ ਹੈ ਸਾਲਸਰਾਏ ਜੋਰੀ ਨੇ ਬਚਨ ਕੀਤੇ ਸੀ ਵੇਚਣ ਵਾਲਿਆ ਪਤਾ ਤੈਨੂੰ ਵੀ ਨਹੀਂ ਇਹ ਲਾਲ ਕੀ ਹੈ ਅਜ ਕਿਆ ਆਖੋ ਸਤਨਾਮ ਵਾਹਿਗੁਰੂ ਇਹ ਹੀਰੇ ਦਾ ਪਤਾ ਤੈਨੂੰ ਵੀ ਨਹੀਂ ਵੇਚਦਾ ਫਿਰਦੇ ਇੱਥੇ ਇੱਕ ਬੇਨਤੀ ਹੁਣ ਨਾਦ ਦੀ ਨਾਲ ਸੁਣਿਓ ਖਿਮਾ ਕਰਦੇ ਹੋ ਮੈਨੂੰ ਕਿਸੇ ਨੇ ਨਰਾਜ਼ਗੀ ਨਹੀਂ ਕਰਨੀ ਇਹ ਮਨੁੱਖ ਜਨਮ ਤੋਂ ਵੱਡਾ ਰਤਨ ਕੋਈ ਹੀਰਾ ਨਹੀਂ ਮਿਲਣਾ ਪਰ ਮੈਂ ਖਿਮਾ ਕਰਕੇ ਕਹਿੰਨੇ ਇਹਨੂੰ ਪਰਖਣ ਵਾਲੇ ਵੀ ਵਿਰਲੇ ਹੀ ਹੁੰਦੇ ਨੇ ਅਜ ਕਿਆ ਆਖੋ ਸਤਨਾਮ ਰਹਿਣ ਗੁਵਾਈ ਸੋਏ ਕਹਿ ਦਿਵਸ ਗੁਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਅਸ਼ੀਆ ਨ ਗੱਲਾਂ ਤੋਂ ਕੁਝ ਹਿੰਟ ਲੈਣੇ ਕੁਝ ਸੰਕੇਤ ਲਈਦੇ ਹੁੰਨੇ ਆ ਕਹਾਣੀਆਂ ਤੋਂ ਇਹ ਤੋਂ ਵੱਡਾ ਹੈ ਗਤਨ ਜਨਮ ਕੋਈ ਨਹੀਂ ਮਿਲਣਾ ਜੋ ਮਨੁੱਖ ਜਨਮ ਹੈ ਇਹਨੂੰ ਵੀ ਆਪਾਂ ਕਿਤੇ ਕੱਖਾਂ ਦੇ ਬਦਲੇ ਨਾ ਵੇਚੀਏ ਉਸ ਹੀਰੇ ਲਾਲ ਨੂੰ ਵੇਖ ਕੇ ਸਾਲਸਰਾ ਜੌਰੀ ਨੇ ਆਖਿਆ ਉਹ ਗੁਰਮੁਖਾ ਇਹ ਉਸ ਕਿਸਮ ਦਾ ਹੀਰਾ ਹੈ ਜਿਹਨੂੰ ਤੋਂ ਵੇਚਣ ਆਏ ਸਾਡੀ ਹੀਰਿਆਂ ਦੇ ਵਪਾਰੀਆਂ ਦੀ ਮਰਜ਼ਾ ਦਾ ਇਹ ਸ਼ਹੀਰੇ ਨੂੰ ਭਾਵੇਂ ਖਰੀਦੀਏ ਭਾਵੇਂ ਨਾ ਖਰੀਦੀਏ 101 ਰੁਪਏ ਦੀ ਦਰਸ਼ਨੀ ਭੇਟ ਦੇਣਾ ਪੈਂਦਾ ਹੈ ਐਨਾ ਕੀਮਤੀ ਹੀਰਾ ਤੇਰੇ ਕੋ ਮਰਦਾਨਾ ਜੀ ਬਹੁਤ ਖੁਸ਼ ਹੋਏ ਮਾਇਆ ਲੈ ਕੇ ਚਲੇ ਗਏ ਗੁਰਨਾਨਕ ਦੇਵ ਜੀ ਕਿੱਥੇ ਬੈਠੇ ਸੀ ਜਿਤੇ ਤੁਸੀਂ ਦਰਸ਼ਨ ਕਰੋਗੇ ਗੁਰਦੁਆਰਾ ਗਾਏ ਘਾਟ ਭਗਤ ਜੈਤਮਲ ਜੀ ਦੇ ਅਸਥਾਨ ਤੇ ਜਿਸ ਦੇ ਨਾਲ ਮਹਾਰਾਜ ਦੇ ਕਈ ਦਿਨ ਬਚਨ ਬਲਾਸ ਹੁੰਦੇ ਰਹੇ ਮਹਾਰਾਜ ਦੀ ਕਿਰਪਾ ਨਾਲ ਮਾਤਾ ਗੰਗਾ ਜੀ ਉਹਦੇ ਇਸ਼ਨਾਨ ਕਰਾਉਣ ਵਾਸਤੇ ਉਹਦੇ ਘਰ ਆਉਂਦੇ ਰਹੇ ਉਥੇ ਬੈਠੇ ਸੀ ਮਰਦਾਨਾ ਬੜਾ ਖੁਸ਼ੀਆਂ ਵਿੱਚ ਗਿਆ ਸਤਿਗੁਰਾਂ ਨੂੰ ਪੁੱਛਿਆ ਅੱਜ ਇੰਨਾ ਖੁਸ਼ ਕਿਉਂ ਹੈ ਮਰਦਾਨਾ ਕਹਿੰਦਾ ਮਹਾਰਾਜ ਮੈਂ ਤਾਂ ਐਵੇਂ ਹੀ ਤੁਹਾਡੇ ਨਾਲ ਲੜਦਾ ਰਿਹਾ ਮੈਨੂੰ ਭੁਖਾ ਰਿਆ ਕਦੇਉ ਕੁਝ ਦੰਦੇ ਨਹੀਂ ਪਰ ਅੱਜ ਤੁਸੀਂ ਸਾਰੇ ਜ਼ਿੰਦਗੀ ਦੀ ਕੀਮਤ ਦੇ ਦਿੱਤੀ ਕਹਿੰਦੇ ਕੀ ਮਿਲੇ ਆ ਜਿਹੜਾ ਤੁਸੀਂ ਲਾਲ ਦਿੱਤਾ ਹੈ ਇਹਦੇ ਤਾਂ ਦਰਸ਼ਨੀ ਪੇਟਾ 101 ਰੁਪਈਆ ਹੁਣ ਮੈਨੂੰ ਮੌਜਾਂ ਬਣ ਗਈਆਂ ਦਿਖਾਏ ਕਰਾਂਗੇ ਤੇ 101 ਰੁਪਈਆ ਲੈ ਲੈ ਕਰਾਂਗੇ ਅਜ ਖਿਆ ਕੋ ਸਾਧਨਾ ਨਾਲੇ ਚੀਜ਼ ਵੀ ਕੋਲ ਰਹਿ ਜੂਗੀ ਨਾਲੇ ਮਾਇਆ ਇਕੱਠੀ ਹੋ ਜੂਗੀ ਤੁਸੀਂ ਸ਼ਾਨੇ ਬੈਠੋ 101 ਕੱਜ ਦਾ ਨਾ ਗਣਿਓ 101 ਗੁਰੂ ਨਾਨਕ ਦੇਵ ਜੀ ਸਮੇ ਦਾ ਹੁਣ ਤਾਂ ਉਹ ਲੱਖਾਂ ਦੇ ਬਰਾਬਰ ਹੋਊਗਾ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਕਰਨੀ ਗੁਰੂ ਨਾਨਕ ਦੇਵ ਕਹਿੰਦੇ ਮਰਦਾਨਿਆ ਮੁੜ ਕੇ ਜਾ ਉਸ ਸੇਠ ਨੂੰ ਕਹੋ ਜਾਂ ਸਾਡਾ ਹੀਰਾ ਮੁੱਲ ਲਵੇ ਜਾਂ ਆਪਣੀ ਕੀਮਤ ਵਾਪਸ ਲੈ ਲਵੇ ਅਸੀਂ ਕਿਸੇ ਦੇ ਪੈਸੇ ਦਾ ਨਹੀਂ ਲੰਦੇ ਜਦ ਆਹ ਬਚਨ ਆ ਕੇ ਮਰਦਾਨਾ ਮੁੜਿਆ ਆ ਹੁਣ ਇੱਕ ਬੇਨਤੀ ਕਰਨ ਲੱਗੇ ਆਂ ਜੇ ਆਪਾਂ ਨੂੰ ਕਹਿੰਦੇ ਆਪਾਂ ਨਹੀਂ ਸੀ ਮੁੜਦੇ ਅੱਜ ਖਿਆ ਕੋ ਸਤਨਾਮ ਆਪਾਂ ਗੁਰੂ ਨਾਨਕ ਨੂੰ ਇਹ ਕਹਿੰਦੇ ਤੂੰ ਘਰ ਨੂੰ ਚੱਲ ਹੁਣ ਅੱਜ ਆਪਾਂ ਮੁੜ ਵੀ ਆਉਂਦੇ ਨਾ ਆਪਾਂ ਪੜ੍ਹੇ ਲਿਖੇ ਸਿੱਖੇ ਹੁਣ ਤਾਂ ਗੁਰੂ ਨਾਨਕ ਦੇਵ ਜੀ ਨੂੰ ਕਹਿ ਦੇਣਾ ਸੀ ਕਿ ਸਤਗੁਰ ਜੀ ਮੈਂ ਤਾਂ ਗਿਆ ਤਾਂ ਉਹਦੀ ਦੁਕਾਨੇ ਬੰਦ ਹੋ ਗਈ ਕਿਹਨੇ ਮੋੜਨਾ ਸੀ ਆਪਣੇ ਵਿੱਚੋਂ ਇਥੇ ਬਚਨ ਤੁਹਾਨੂੰ ਤਾਂ ਕਹੇ ਨੇ ਤਗਤ ਸਾਹਿਬ ਦੇ ਦਰਸ਼ਨ ਕਰੋ ਦੇ ਗੰ ਘਰਾਓ ਬਹੁਤ ਵੱਡਿਆਂ ਕਰਮਾਂ ਵਾਲੇ ਹੋ ਲੰਗਰਾਂ ਦੀ ਸੇਵਾ ਕਰੋ ਤੀਰਥਾਂ ਤੇ ਜਾਓ ਸੁਗਮਨੀ ਪੜੋ ਨਿਤਨੇਮ ਕਰੋ ਅਮਰਤ ਛਕੋ ਪਰ ਬੇਨਤੀ ਕੰਨ ਖੋਲ ਕੇ ਸੁਣ ਲਿਓ ਇਹ ਸਾਰੇ ਸਾਧਨ ਨੇ ਮੰਜ਼ਲ ਨਹੀਂ ਹੈ ਇਹਨੂੰ ਮੰਜ਼ਲ ਨਾ ਸਮਝ ਬੈਠਣਾ ਇਹ ਸਾਧਨ ਨੇ ਪੌੜੀ ਚਵਾਰੇ ਤੇ ਚੜਨ ਦਾ ਸਾਧਨ ਹੁੰਦੀ ਹੈ ਪੌੜੀ ਚਵਾਰਾ ਨਹੀਂ ਹੁੰਦੀ ਕਦੇ ਵੀ ਨਲਕਾ ਪਾਣੀ ਕੱਢਣ ਦਾ ਸਾਧਨ ਹੁੰਦਾ ਨਲਕਾ ਪਾਣੀ ਨਹੀਂ ਹੁੰਦਾ ਇਹ ਜਿਤਨੇ ਕਰਮ ਕਾਂਡ ਆਪਾਂ ਕਰ ਰਹੇ ਆਂ ਇਹ ਸਾਧਨ ਨੇ ਇਹਨੂੰ ਮੰਜ਼ਿਲ ਨਾ ਸਮਝ ਬੈਠੇ ਹੋ ਮੰਜ਼ਿਲ ਇੱਕੋ ਹੈ ਗੁਰ ਕਾ ਬਚਨ ਵਸੈ ਜੀ ਨਾਲ ਸੁਣਨ ਨੂੰ ਨਹੀਂ ਕਿਹਾ ਤੁਹਾਨੂੰ ਮੇਰੇ ਵਾਂਗ ਸੁਣਾਉਣ ਨੂੰ ਨਹੀਂ ਕਿਹਾ ਗੁਰੂ ਦੇ ਬਚਨ ਨੂੰ ਪੜ੍ਹਨ ਨੂੰ ਨਹੀਂ ਕਿਹਾ ਸ਼ਰਤ ਲਾਈ ਹੈ ਕਿ ਗੁਰੂ ਦਾ ਬਚਨ ਤੇਰੇ ਹਿਰਦੇ ਵਸਣਾ ਚਾਹੀਦਾ ਸਾਡੇ ਕੰਨਾਂ ਵਿੱਚ ਵਸਦਾ ਹੈ ਮੇਰੇ ਵਰਗਿਆਂ ਦੀ ਜੀਪ ਤੇ ਵਸਦਾ ਹੈ ਗੁਟਕੇ ਤੇ ਪੜੋਂਗੇ ਤੁਹਾਡੇ ਅੱਖਾਂ ਵਿੱਚ ਵਸਦਾ ਹੈ ਕੌਣ ਨਾਨਕ ਕੋਟਨ ਮੈਂ ਕਹਉ ਨਾਰਾਇਣ ਜੈ ਚੀਤ ਗੁਰ ਕਾ ਬਚਨ ਵਸੇ ਜੀ ਨਾਲ ਗੁਰੂ ਗੋਬਿੰਦ ਸਿੰਘ ਦੇ ਦਰ ਤੇ ਆਏ ਹੋ ਗੁਰੂ ਦੇ ਬਚਨ ਲੈ ਕੇ ਜਾਓ ਇਥੋਂ ਉਹਨੂੰ ਗਿਰਦੇ ਵਿੱਚ ਬਿਸਾਓ ਇਹ ਹੋਣਾ ਜਾਣਾ ਇੱਕ ਸਾਧਨ ਹੈ ਹੋਰ ਕੁਝ ਨਹੀਂ ਹੈ ਮਰਦਾਨਾ ਜੀ ਨੇ ਬਚਨ ਮੰਨੇ ਸੇਠ ਅਗੇ ਦੋਵੇਂ ਚੀਜ਼ਾਂ ਰੱਖ ਦਿੱਤੀਆਂ ਮੇਰੇ ਗੁਰੂ ਨੇ ਆਖਿਆ ਆਪਣੇ ਪੈਸੇ ਵਾਪਸ ਲੈ ਲੈ ਜਾਂ ਸਾਡੀ ਚੀਜ਼ ਖਰੀਦ ਇਸ ਗੱਲ ਦਾ ਅਸਰ ਹੋਇਆ ਬਹੁਤ ਸਿਆਣੀ ਸੰਗਤ ਬੈਠੀ ਹੈ ਤੁਹਾਡੀ ਕਿਰਪਾ ਮੇਰੇ ਤੇ ਹੋਈ ਹੈ ਕਿ ਸਤ ਸੂਰਜ ਪ੍ਰਕਾਸ਼ ਦੀਆਂ ਕਥਾ ਸੰਪੂਰਨ ਹੋ ਚੁੱਕੀਆਂ ਨੇ 8ਵੀਂ ਚੱਲ ਰਹੀ ਹੈ ਸ੍ਰੀ ਗੁਰੂ ਨਾਨਕ ਇਸ ਫਾਊਂਡਰ ਆਫ ਸਿੱਖੀਜ਼ਮ ਗੁਰੂ ਨਾਨਕ ਨੇ ਸਿੱਖ ਪੈਦਾ ਕੀਤਾ ਸਿੱਖ ਧਰਮ ਪੈਦਾ ਕੀਤਾ ਇੱਕ ਗੱਲ ਬਹੁਤ ਧਿਆਨ ਨਾਲ ਸੁਣ ਲਿਓ 70 ਸਾਲ 5 ਮਹੀਨੇ ਦੀ ਉਮਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਮੂੰਹ ਤੋਂ ਕਿਸੇ ਨੂੰ ਨਹੀਂ ਕਿਹਾ ਸਿੱਖ ਬਣ ਜਾ ਇੱਕ ਨੂੰ ਵੀ ਨਹੀਂ ਮੂੰਹ ਤੋਂ ਕਿਹਾ ਜੇ ਤੁਹਾਨੂੰ ਪਤਾ ਹੋਵੇ ਮੈਨੂੰ ਉਹਦਾ ਨਾਂ ਦੱਸਿਓ ਗੁਰੂ ਨਾਨਕ ਨੇ ਕਿਹਾ ਹੋਵੇ ਤੂੰ ਸਿੱਖ ਬਣ ਫਿਰ ਸਿੱਖ ਬਣੇ ਕਿਵੇਂ ਨੋਟ ਕਰਨ ਵਾਲੀ ਬੇਨਤੀ ਹੈ ਗੁਰੂ ਨਾਨਕ ਨੀਸੀ ਕਹਿੰਦੇ ਸਿੱਖ ਬਣੋ ਜੋ ਗੁਰੂ ਨਾਨਕ ਦੀ ਕਰਨੀ ਵੇਖ ਲੰਦਾ ਸੀ ਨਾ ਉਹ ਹੱਥ ਬਨ ਕੇ ਕਹਿੰਦਾ ਸੀ ਮੈਨੂੰ ਸਿੱਖ ਬਣਾ ਲੋ ਗੁਰੂ ਨਾਨਕ ਨੇ ਨੀ ਕਿਸੇ ਨੂੰ ਕਿਹਾ ਸਿੱਖ ਬਣੋ ਆਪ ਆਉਣ ਵਾਲੇ ਕਹਿੰਦੇ ਸੀ ਅੱਜ ਸਾਡੇ ਵਿੱਚ ਇਹੀ ਘਾਟ ਹੈ ਜੋ ਸਾਡੀਆਂ ਗੱਲਾਂ ਨੇ ਉਹ ਸਾਡਾ ਜੀਵਨ ਨਹੀਂ ਹੈ ਮਨਮੁਖ ਕਥਨੀ ਹੈ ਪਰ ਰਹਿਤ ਨਾ ਹੋਈ ਗੱਲਾਂ ਦੇ ਤਾਸੀ ਪਹਾੜ ਚੱਕੀ ਬੈਠੇ ਮਹਾਰਾਜ ਨੇ ਪਹਾੜਾਂ ਨੂੰ ਕੀ ਕਿਹਾ ਕਥਾ ਕੀਰਤਨੋਂ ਗੱਲ ਹੀ ਸੈਲ ਉਠਾਵਦ ਚਾਹੇ ਓਏ ਉਹਾਂ ਹੀ ਹੈ ਪਰੇ ਸੈਲ ਲਾਵੇਂ ਪੱਥਰ ਦਾ ਗੱਲਾਂ ਮਾਰ ਕੇ ਮੇਰੇ ਵਰਗਾ ਕਹੀ ਜਵੇ ਹਿਮਾਲਾ ਨੂੰ ਚੱਕ ਕੇ ਪਰੇ ਘੇਰ ਦੇਣਾ ਪਹਾੜ ਨੂੰ ਚੱਕ ਕੇ ਪਰੇ ਘੇਰ ਦੇਣਾ ਮਹਾਰਾਜ ਕਹਿੰਦੇ ਗੱਲਾਂ ਮਾਰ ਨਾਲ ਨਹੀਂ ਹਿਲਣਾ ਸਾਰੀ ਜ਼ਿੰਦਗੀ ਗੱਲਾਂ ਮਾਰੀ ਜਾਈ ਪਹਾੜ ਨੇ ਉੱਥੇ ਦਾ ਉੱਥੇ ਖੜੇ ਰਹਿਣਾ ਹੈ ਅਜ ਕੇ ਆਖੋ ਸਤਨਾ ਕਿਉ ਮੇ ਸਿੱਖੋ ਤੁਸੀਂ ਖੁਸ਼ੀਆਂ ਨਾਲ ਆਇਓ ਤਖਤ ਸਾਹਿਬ ਤੇ ਸਤਨਾਮ ਤੁਸੀਂ ਐ ਬੋਲਦੇ ਜਿਵੇਂ ਬਿਮਾਰ ਹੋਨੇ ਤਖਤ ਸਾਹਿਬ ਤੇ ਬੈਠੇ ਹੋ ਆਪਣੇ ਬਾਪੂ ਦੇ ਜਨਮ ਸਥਾਨ ਤੇ ਗੱਜ-ਵੱਜ ਕੇ ਆਖੋ ਸਤਨਾਮ ਇੱਕ ਵਾਰ ਫੇਰ ਆਖੋ ਸਤਨਾਮ ਤਾਂ ਪ੍ਰੇਮੀਆਂ ਬਚਨ ਮੰਨੋ ਦਾ ਬਚਣਾ ਨਹੀਂ ਤਾਰਨੇ ਗੁਰਸਿੱਖ ਪਿਆਰੇਓ ਜਦੋਂ ਆਖਿਆ ਕਿ ਮੇਰਾ ਗੁਰੂ ਮਾਇਆ ਨਹੀਂ ਲੰਦਾ ਵਾਪਸ ਲੈ ਲੈ ਗੁਰੂ ਨਾਨਕ ਦੀ ਕਰਨੀ ਨੇ ਸਿੱਖ ਪੈਦਾ ਕੀਤੇ ਨੇ ਕਥਨੀ ਨੇ ਨਹੀਂ ਅੱਜ ਅਸੀਂ ਕਥਨੀ ਨਾਲ ਸਿੱਖੀ ਦਾ ਪ੍ਰਚਾਰ ਕਰਦੇ ਹਾਂ ਜਕਾਰੇ ਛੱਡ ਕੇ ਨਾਰੇ ਮਾਰ ਕੇ ਕਿਸੇ ਦੇ ਉੱਚੇ ਸੁੱਚੇ ਜੀਵਨ ਤੋਂ ਬਿਨਾਂ ਕਿਸੇ ਤੇ ਕੋਈ ਪ੍ਰਭਾਵ ਨਹੀਂ ਪਿਆ ਕਰਦਾ ਗੁਰ ਸਿੱਖ ਪਿਆ ਰਿਹਾ ਜਦ ਸੇਠ ਨੇ ਸੁਣਿਆ ਕਿ 101 ਰੁਪਈਆ ਚਾਂਦੀ ਦਾ ਮੋੜਦਾ ਹੈ ਮਨ ਤੇ 60 ਵਜੀ ਐਸਾ ਸੰਤ ਕੌਣ ਆ ਗਿਆ ਐਸਾ ਗੁਰੂ ਕੌਣ ਆ ਗਿਆ ਮਰਦਾਨੇ ਨੂੰ ਕਹਿੰਦਾ ਬਾਕੀ ਗੱਲਾਂ ਬਾਅਦ ਵਿੱਚ ਕਰਾਂਗੇ ਪਹਿਲਾਂ ਉਸ ਗੁਰੂ ਦੇ ਮੈਨੂੰ ਦਰਸ਼ਨ ਕਰਾ ਗੁਰੂ ਦੀ ਕਰਨੀ ਨੇ ਖਿੱਚ ਕੀਤੀ ਭੇਟਾ ਲਈ ਟੋਕਰੇ ਦੇ ਵਿੱਚ ਫਲ ਫਰੂਟ ਜੋ ਵੀ ਸੀ ਉਹਦਾ ਇੱਕ ਨੌਕਰ ਸੀ ਗੋਲਾ ਅਦਰਕ ਉਹਦਾ ਨਾਮ ਹੈ ਅਦਰਕ ਗੋਲਾ ਗਰੀਬ ਉਹ ਦੇ ਸਿਰ ਉੱਤੇ ਫਲ ਫਰੂਟ ਪ੍ਰਸ਼ਾਦ ਚਕਾ ਲਿਆ ਤੁਰ ਕੇ ਗਏ ਭਾਈ ਜੈਤਮਲ ਜੀ ਦੇ ਘਰ ਪ੍ਰਸ਼ਾਦ ਅੱਗੇ ਰੱਖਿਆ ਜਦੋਂ ਗੁਰੂ ਨਾਨਕ ਦੇ ਸਾਹਮਣੇ ਆਏ ਨਾ ਸਾਲਸਰਾਏ ਜੋਰੀ ਜੀ ਜਿਨ੍ਹਾਂ ਦਾ ਮਕਾਨ ਸੀ ਜਿੱਥੇ ਆਪਾਂ ਬੈਠੇ ਹਾਂ ਜਿਨ੍ਹਾਂ ਦਾ ਇਹ ਮਹਿਲ ਸੀ ਜਦ ਸਾਹਮਣੇ ਆਏ ਤਾਂ ਬਾਬੇ ਨਾਨਕ ਨੇ ਇੱਕ ਸਬਦ ਦੀ ਛਟ ਮਾਰੀ ਸੁਣ ਸਾਲਸਤੋਂ ਜੋਰੀ ਆਪਣਾ ਮੂਲ ਪਛਾਨ ਗੁਰੂ ਨਾਨਕ ਦੇਵ ਕਹਿੰਦੇ ਜੋਰੀਆ ਤੈਨੂੰ ਹੀਰੇ ਮੋਤੀ ਪਛਾਨਣ ਦਿੱਤਾ ਹੈ ਬੜੀ ਸਾਉਝ ਬੜੇ ਪਛਾਨਣੇ ਪਰ ਕਦੇ ਆਪਣੇ ਆਪ ਨੂੰ ਵੀ ਪਛਾਣਿਆ ਆਹ ਬਚਨ ਕਹੇ ਸੀ ਗੁਰੂ ਨਾਨਕ ਦੇਵ ਜੀ ਉਹ ਜਿਹੜੇ ਗੁਰੂ ਦੇ ਬਚਨ ਨੇ ਕਬੀਰ ਸਾਹਿਬ ਨੇ ਉਹਨਾਂ ਨੂੰ ਹੀ ਲਿਖਿਆ ਕਬੀਰ ਸਤਗੁਰ ਸੂਰਮੇ ਬਾਹ ਆ ਬਾਣ ਜੋ ਏਕ ਲਾਗਤ ਹੀ ਪਹੇ ਗਿਰ ਪਰਾ ਪਰਾ ਕਰੇ ਜੇ ਚਰਨ ਫਾਂਡੇ ਸਾਲਸਰਾ ਜੌਰੀ ਨੇ ਸਤਿਗੁਰ ਇਹ ਜਿਹੜੇ ਖੀਰੇ ਪਰਖਣ ਦੀ ਸੋਝੀ ਹੈ ਇਹ ਵੀ ਕਿਸੇ ਗੁਰੂ ਨੇ ਦਿੱਤੀ ਹੈ ਇਹ ਵੀ ਕਿਸੇ ਤੋਂ ਸਿੱਖਿਆ ਸੀ ਹੁਣ ਆਪਣੇ ਆਪ ਨੂੰ ਪਰਖਣ ਦੀ ਸੋਝੀ ਮੈਨੂੰ ਤੂੰ ਦੇ ਦੇ ਚਰਨਾਂ ਤੇ ਬੇਨਤੀ ਕੀਤੀ ਆ ਗੱਲ ਵੀ ਸੁਣ ਲਿਓ ਧਿਆਨ ਨਾਲ ਹੁਣ ਕੀ ਗਿਆਨ ਦਿੱਤਾ ਆਪਣੇ ਆਪ ਨੂੰ ਸਮਝਣ ਦਾ ਜੇ ਲੜ ਬਣ ਕੇ ਲੈ ਜਾਓ ਪੜਨਾ ਸਾਬ ਤੋਂ ਦੁਨੀਆ ਨੂੰ ਪਰਖਦੇ ਹੀ ਨਾ ਚਲੇ ਜਾਇਓ ਕਦੇ ਲੋਕਾਂ ਦੀਆਂ ਪੱਟੀਆਂ ਦੰਦੇ ਨਾ ਚਲੇ ਜਾਇਓ ਆਨੰਦ ਉਦੋਂ ਆਉਣਾ ਜਦੋਂ ਆਪਣੇ ਟੀਕੇ ਲਾਵਾਂਗੇ ਅਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜਿਹਨੂੰ ਆਪਣੇ ਆਪ ਨੂੰ ਰਾਜੀ ਕਰਾਂਗੇ ਉਦੋਂ ਆਨੰਦ ਆਉਣਾ ਆਪਾਂ ਲੋਕਾਂ ਦੇ ਹੀ ਗੁਣ-ਔਗਣ ਵੇਖਦੇ ਚਲੇ ਜਾਣਾ ਹੁਣ ਕੀ ਹੈ ਆਪਣੇ ਆਪ ਨੂੰ ਪਰਖਣ ਦਾ ਤਰੀਕਾ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਸਾਲਸਰਾਇ ਜੋਰੀ ਜੇ ਤੂੰ ਆਪਣੇ ਆਪ ਨੂੰ ਪਰਖਣਾ ਆਹ ਦੇੜਾ ਤੇਰਾ ਗੋਲਾ ਖੜਾ ਹੈ ਨਾ ਨੌਕਰ ਗਰੀਬ ਪਾਟੇ ਕੱਪੜੇ ਇਹਦੇ ਚਰਨਾ ਤੇ ਸਿਰ ਧਰ ਦੇਖੋ ਗੁਰੂ ਨਾਨਕ ਦੇਵ ਜੀ ਜੇ ਤੈ ਆਪਣੇ ਆਪ ਨੂੰ ਪਰਖਣਾ ਤਖਤ ਸਾਹਿਬ ਤੇ ਬੈਠੇ ਹੋ ਗੁਰੂ ਨਾਨਕ ਦਾ ਬਚਨ ਯਾਦ ਰੱਖਿਓ ਜੇ ਤੂੰ ਸੀ ਜਗ ਦੀ ਨਿਗਾਹ ਵਿੱਚ ਆਉਣਾ ਹੈ ਕੁਝ ਉੱਚੇ ਬਣਨਾ ਪਊਗਾ ਉੱਪਰ ਨੂੰ ਉੱਠਣਾ ਪਊਗਾ ਪਿੰਡ ਦੀ ਨਿਗਾ ਵਿਚ ਆਉਣਾ ਹੈ ਸਰਪੰਚ ਬਣ ਜਾਓ ਸ਼ਹਿਰ ਦੀ ਨਿਗਾ ਵਿਚ ਆਉਣਾ ਹੈ ਮਹਿਰ ਬਣ ਜਾਓ ਇਲਾਕੇ ਦੀ ਨਿਗਾ ਵਿਚ ਆਉਣਾ ਹੈ ਐਮ ਐਲ ਏ ਬਣ ਜਾਓ ਉੱਪਰ ਨੂੰ ਉੱਠਦੇ ਜਾਓ ਪੰਜਾਬ ਤੇ ਬਿਹਾਰ ਦੀ ਨਿਗਾ ਵਿਚ ਆਉਣਾ ਹੈ ਮਨਿਸਟਰ ਬਣੋ ਉੱਚੇ ਉਠੋ ਜੇ ਹਿੰਦੁਸਤਾਨ ਦੀ ਨਿਗਾ ਵਿਚ ਆਉਣਾ ਹੈ ਥੋੜੇ ਜਿਹਾ ਹੋਰ ਉੱਚੇ ਉਠੋ ਸੈਂਟਰ ਵਿੱਚ ਜਾਓ ਹੁਣ ਕੋਈ ਨਾਨਕ ਦੇ ਬਚਨ ਹਿਰਦੇ ਵਸਾਓ ਸਿੱਖੋ ਜੀਉਂ-ਜੀਉਂ ਤੁਸੀਂ ਉੱਚੇ ਹੋਵੋਗੇ ਵੱਡੇ ਹੋਵੋਗੇ ਤੁਹਾਨੂੰ जग ਵੇਖੇਗਾ ਜਿਉਂ-ਜੀਉਂ ਤੁਸੀਂ ਨੀਵੇਂ ਹੋਵੋਗੇ ਤੁਹਾਨੂੰ ਰੱਬ ਵੇਖੂਗਾ ਸੁਭਾਨ ਅੱਲਾਹ ਸੁਨਿਆ ਸੁਭਾਨ ਅੱਲਾਹ ਜਿਉਂ-ਜੀਉਂ ਤੁਸੀਂ ਵੱਡੇ ਕਹਾਉਂਗੇ ਸੰਸਾਰ ਦੀ ਨਿਗਾਹ ਵਿੱਚ ਆਉਂਗੇ ਜਿਉਂ-ਜੀਉਂ ਨੀਵੇਂ ਕਹਾਉਂਗੇ ਨਿਰੰਕਾਰ ਦੀ ਨਿਗਾਹ ਵਿੱਚ ਆਉਂਗੇ ਸਤਿਗੁਰੂ ਆਹੀ ਤਾਂ ਔਖਾ ਕੰਮ ਹੈ ਨਾ ਨੀਵੇਂ ਕਾਉਣਾ ਹੀ ਔਖਾ ਉਹਦੀ ਨਿਗਾ ਵਿੱਚ ਆ ਨਹੀਂ ਰਹੇ ਆਪਾਂ ਕਦ ਵੱਡੇ ਬਣ ਜੀਏ ਕਦ ਦੁਨੀਆ ਮੱਥੇ ਟੇਕੇ ਕਦ ਦੁਨੀਆ ਸਾਨੂੰ ਕਬੇ ਵੜਾ ਗਿਆ ਨਹੀਂ ਹੈ ਰਾਜੀ ਹੈ ਕਦ ਕਬੇ ਵੱਡਾ ਪ੍ਰਚਾਰਕ ਹੈ ਨਾ ਨਾ ਇਹ ਗੱਲਾਂ ਆਪਸ ਕੋ ਜੋ ਜਾਣੇ ਨੀਚਾ ਸੌ ਗਣੀਏ ਸਭ ਤੇ ਇਹ ਕੇਦੇ ਚਰਨਾ ਵਿੱਚ ਮੱਥਾ ਜੇ ਆਪਣੇ ਆਪ ਨੂੰ ਵੇਖਣਾ ਕੱਲ ਨੂੰ ਤੁਸੀਂ ਵੀ ਅੱਜ ਰਾਤ ਨੂੰ ਚੰਦ ਨੇ ਨਿਕਲਿਆ ਹੋਣਾ ਹੁਣ ਕੱਢ ਜਿਓ ਬਾਹਰ ਉੱਪਰ ਨੂੰ ਵੇਖਿਓ ਚੰਨਮਾ ਵੱਲ ਕਿੰਨੇ ਲੱਖ ਮੀਲ ਦੂਰੀ ਤੇ ਚੰਨਮਾ ਹੈ ਤਾਰੇ ਦੇਖਣਗੇ ਨਾ ਤੁਹਾਨੂੰ ਦੇਖੋ ਟੈਕਨੀਕਲ ਫਾਰਮੂਲੇ ਜਿੰਨਾ ਚਿਰ ਉੱਪਰ ਨੂੰ ਵੇਖੋਗੇ ਤਾਰੇ ਚੰਦਮਾ ਦਿਖੂਗਾ ਪਰ ਤੁਹਾਡੇ ਸਰੀਰ ਦਾ ਤੁਹਾਨੂੰ ਇੱਕ ਰੋਮ ਵੀ ਨਹੀਂ ਦਿਖੂਗਾ ਜਿੰਨਾ ਚਿਰ ਉੱਪਰ ਨੂੰ ਵੇਖੋਗੇ ਆਪਣੀਓ ਨਿਗਾ ਆਪਣੇ ਪੈਰਾਂ ਤੇ ਲਾ ਲੋ ਸਾਰਾ ਸਰੀਰ ਸਾਹਮਣੇ ਆ ਜਾਊਗਾ ਅਜਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਨਿਮਰਤਾ ਸਿੱਖੋ ਇਥੋਂ ਇਹਦੇ ਚਰਨਾਂ ਤੇ ਮੱਥਾ ਟੇਕ ਮੰਨ ਲਿਆ ਵਚਨ ਘਾਟੀ ਔਖੀ ਸੀ ਏ ਸਾਰੇ ਪਟਨੇ ਦਾ ਵੱਡਾ ਵਪਾਰੀ ਤੇ ਆਪਣੇ ਗੋਲੇ ਦੇ ਚਰਨਾਂ 'ਚ ਸਿਰ ਧਰੇ ਸਾਡਾ ਕੀ ਹਾਲ ਹੋਇਆ ਵੇ ਸਾਡੇ ਵੀ ਤਾਂ ਹੁਣ ਕਈ ਜੰਮੇ ਪਤਾ ਨਹੀਂ ਥੋੜੇ 'ਚ ਵੀ ਬੈਠੇ ਹੋਣਗੇ ਕਹਿੰਦੇ ਜੇ ਕਿਸੇ ਨੂੰ ਮੱਥਾ ਟੇਕਦਾ ਸਿੱਖੀ ਟੁੱਟ ਜੂਗੀ ਸਿੱਖੀ ਹੋ ਨਹੀਂ ਰਣੀ ਮੈਂ ਤੁਹਾਨੂੰ ਬੇਨਤੀ ਕਰਦਾ ਗੁਰਮੁਖ ਪਿਆਰਿਓ ਅੰਮ੍ਰਿਤ ਵੇਲੇ ਉੱਠ ਕੇ ਸਭ ਤੋਂ ਪਹਿਲਾਂ ਜਿਨ੍ਹਾਂ ਦੇ ਘਰ ਮਾਂ ਬਾਪ ਜੀਉਂਦੇ ਉਹਨਾਂ ਦੇ ਚਰਨਾਂ ਤੇ ਸਿਰ ਧਰਿਆ ਕਰੋ ਉਹਨਾਂ ਨੂੰ ਪਹਿਲਾਂ ਮੱਥਾ ਟੇਕਿਆ ਕਰੋ ਨਿਮਣਾ ਹੀ ਸਿਖਾਇਆ ਸਾਨੂੰ ਮਿੱਠਾ ਬੋਲੇ ਨਿਭ ਚੱਲੇ ਭਾਈ ਸਾਹਿਬ ਭਾਈ ਗੁਰਦਾਸ ਜੀ ਤੋੜ ਰਹੇ ਅਸੀਂ ਸਿੱਖੀ ਤੋਂ ਜੋੜ ਨਹੀਂ ਰਹੇ ਤੋੜ ਰਹੇ ਗੁਰ ਸਿੱਖ ਪਿਆਰਿਓ ਬਚਨ ਮੰਨਿਆ ਸਾਲਸਰੇ ਜੋਰੀ ਨੇ ਆਪਣੇ ਨੌਕਰ ਦੇ ਚਰਨਾਂ ਤੇ ਸਿਰ ਧਰ ਦਿੱਤਾ ਇੱਥੇ ਹੁਣ ਸਮਾਂ ਪੂਰਾ ਹੀ ਹੁੰਦਾ ਹੈ ਇੱਥੇ ਦੀ ਜਿਹੜੀ ਚਰਨਾਂ ਦੀ ਧੂੜ ਹੈ ਇਹਦੇ ਖਾਤਰ ਦੋ ਸ਼ਰਤਾਂ ਨੇ ਪਹਿਲੀ ਗੱਲ ਇਹ ਤੁਹਾਡੀ ਸ਼ਕਤੀ ਨਾਲ ਨਹੀਂ ਮਿਲਣੀ ਇਹ ਤੁਹਾਡੀ ਅਕਲ ਨਾਲ ਨਹੀਂ ਮਿਲਣੀ ਇਤੋਂ ਸੀ ਧੰਦਾ ਉਲਤ ਨਾਲੇ ਧੂੜੀ ਨੂੰ ਨਹੀਂ ਖਰੀਦ ਸਕਦੇ ਜੇ ਹੋਵੇ ਪੂਰਵ ਲਿਖਿਆ ਤਾਂ ਧੂੜ ਤਿੰਨਾਂ ਦੀ ਪਾਈ ਕਿਤੇ ਪਿਛਲੇ ਜਨਮਾਂ ਚ ਲਿਖਿਆ ਹੋਇਆ ਸੀ ਤਾਂ ਪੱਡਣਾ ਸਾਹਿਬ ਦੀ ਧੂੜ ਮਿਲ ਰਹੀ ਹੈ ਤਾਂ ਸੰਗਤ ਦੇ ਚਰਨਾਂ ਦੀ ਧੂੜ ਮਿਲ ਰਹੀ ਹੈ ਆ ਜਿਹੜੀ ਧਰਤੀ ਹੈ ਇਹ ਵੀ ਪੱਡਣਾ ਸਾਹਿਬ ਦੀ ਉਹ ਧਰਤੀ ਹੈ ਬੜੀਆਂ ਬੜੀਆਂ ਕੋਠੀਆਂ ਨੇ بڑے بڑے ਮਹਿਲ ਨੇ بڑے بڑے ਅਮੀਰ ਨੇ ਪੰਜ ਪੰਜ ਕਰੋੜ ਦੀਆਂ ਕੋਠੀਆਂ ਹੈਗੀਆਂ ਇੱਥੇ 10 10 ਕਰੋੜ ਦੀਆਂ ਹੈਗੀਆਂ ਪਰ ਆ ਵੀ ਜਗ੍ਹਾ ਹੈ ਜਦ ਤੁਸੀਂ ਸੜਕ ਤੇ ਨੂੰ ਲੰਘੋਗੇ ਨਾ ਅੰਦਰ ਆਉਣਾ ਜਦੋਂ ਇੱਥੇ ਪੁੱਜ ਜਾਓਗੇ ਕਾਰ ਦੇ ਵਿੱਚੋਂ ਹੀ ਸਿਰ ਝੁਕ ਜਾਊਗਾ ਤੁਰੇ ਜਾਂਦਿਆਂ ਦੇ ਹੱਥ ਬਨੇ ਜਾਣ ਕੇ ਇਟਾਂ ਨੂੰ ਵੇਖ ਕੇ ਸਕੂਟਰ ਤੇ ਜਾਂਦਿਆਂ ਦੀ ਗਰਦਨ ਝੁਕ ਜਾਊਗੀ ਬੱਸ ਵਿੱਚ ਬੈਠੇ ਹੁੰਦੇ ਸਿਰ ਝੁਕ ਜਾਊਗਾ ਕਿ ਛੇ ਦੀ 20 ਕਰੋੜ ਦੀ ਕੋਠੀ ਹੋਵੇ ਪਟਨੇ ਚ ਸਸਰੀਕਾਲ ਬਲਾਕੇ ਜਾਓਗੇ ਮਛੜੇ ਕੇ ਜਾਓਗੇ ਸਸਰੀਕਾਲ ਤਕੀਬ ਲਾਉਣੀ ਹੈ ਮੈਂ ਪੰਜਾਬੀ ਬੋਲਦਾ ਸਗੋਂ ਟੀਉੜੀਆਂ ਪਾ ਕੇ ਜਾਓਗੇ ਕਿੱਥੇ ਕੋਠਾ ਖੜਾ ਕਰਿਆ ਅਜ ਕਿ ਕੋ ਸਾਧਨਾ ਸਗੋਂ ਈਰਖਾ ਪੈਦਾ ਹੋਗੀ ਉਹਦੇ ਵਿੱਚੋਂ ਇਹਦੇ ਭਾਗਸ਼ੀ ਕੋਈ ਇਸ ਧਰਤੀ ਤੇ ਐਡੇ ਵੱਡੇ ਭਾਗ ਜਿੱਥੇ ਅਕਾਲ ਪੁਰਖ ਦੇ ਪੁੱਤ ਨੇ ਆਕੇ অবতার ਧਾਰਨ ਕੀਤਾ ਗੁਰਮੁਖ ਪਿਆਰੇਓ ਕਹਿੰਦੇ ਹੁਣ ਦਰਸ਼ ਕੀ ਚਾਹੀਦਾ ਕਹਿੰਦੇ ਮਹਾਰਾਜ ਘਰ ਚੱਲੋ ਫਿਰ ਬੇਨਤੀ ਕੀਤੀ ਇਥੇ ਬਚਨ ਮੰਨ ਕੇ ਪ੍ਰੇਮ ਦੇ ਵਧੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਆਏ ਸਾਸ ਸਰਾਏ ਜੌਰੀ ਦੇ ਘਰ ਦੀਵਾਨ ਸਜਣ ਲੱਗੇ ਲੰਗਰ ਚੱਲਣ ਲੱਗੇ ਸੰਗਤਾਂ ਜੁੜਨ ਲੱਗੀਆਂ ਇੱਕ ਦਿਨ ਮਹਾਰਾਜ ਕਹਿੰਦੇ ਅਸੀਂ ਹੁਣ ਜਾਣਾ ਚਰਨ ਫੜ ਕੇ ਬੈਠ ਗਿਆ ਰੋਣ ਲੱਗ ਪਿਆ ਮਹਾਰਾਜ ਅਜੇ ਨਹੀਂ ਜਾਣਾ ਫੇਰ ਇੱਕ ਦਿਨ ਕਿਹਾ ਕਿ ਅੱਜ ਅਸੀਂ ਚਲੇ ਜਾਣਾ ਫੇਰ ਰੋਣ ਲੱਗ ਪਿਆ ਇੱਕ ਵਾਰ ਫੇਰ ਗੁਰੂ ਨਾਨਕ ਨੇ ਆਖਿਆ ਮੇਰੀ ਬੰਦੀ ਭਗਤ ਛਡਾਵੇ ਬੰਦੇ ਭਗਤ ਨਾ ਛੂਟੇ ਪ੍ਰੇਮਿਓ ਸਤਗੁਰ ਕਹਿੰਦੇ ਹੁਣ ਨਾ ਰੋਕੀਂ ਦੋ ਤੇਰੇ ਬਚਨ ਮੰਨ ਲੈ ਅੱਜ ਅਸੀਂ ਜਾਣਾ ਹੈ ਲੰਮਾ ਸਫਰ ਹੈ ਸਰਦ ਪਤਾ ਕੀ ਰਖੀ ਕਹਿੰਦਾ ਮਾਰਾ ਜਾਓ ਜ਼ਰੂਰ ਮੈਨੂੰ ਦੱਸ ਕੇ ਜਾਓ ਮੁੜ ਕੇ ਕਦੋਂ ਆਉਂਗੇ ਐਸ ਕਰ ਦੇ ਵਿੱਚ ਮੈਨੂੰ ਦੱਸ ਕੇ ਜਾਓ ਸਤਗੁਰ ਨਾਨਕ ਨੂੰ ਸਾਰਾ ਟਾਈਮ ਟੇਬਲ ਪਤਾ ਸੀ ਕਹਿ ਦਿੱਤਾ ਜਉਰੀਆ ਮੁੜ ਕੇ ਅਸੀਂ ਇਸ ਧਰਤੀ ਤੇ ਨਹੀਂ ਆਉਣ ਪਤਾ ਹੈ ਫਿਰ ਪਛਨ ਕੀ ਕੀਆ ਕਹਿੰਦਾ ਸਤਿਗੁਰ ਜੇ ਆਉਣਾ ਨਹੀਂ ਮੁੜ ਕੇ ਤੇ ਜਾਣ ਦੀ ਕੀ ਲੋੜ ਐ ਅਜ ਖਿਆ ਕੋ ਸਤਨਾਮ ਫੇਰ ਤੇ ਗੱਲ ਬਣਗੀ ਜੇ ਆਉਣਾ ਨਹੀਂ ਫਿਰ ਜਾਣਾ ਵੀ ਨਹੀਂ ਹੈ ਇਹ ਬਚਨ ਜਦੋਂ ਪ੍ਰੇਮ ਦੇ ਕਹੇ ਨਾ ਫਿਰ ਗੁਰੂ ਨਾਨਕ ਨੇ ਸਾਲਸਰਾਏ ਜੋਰੀ ਦੇ ਘਰ ਬੈਠ ਕੇ ਜੋ ਅੱਜ ਸਾਡੇ ਤੱਕ ਪੜਨਾ ਸਾਹਿਬ ਨੇ ਇੱਥੇ ਬਚਨ ਕੀਤਾ ਸੀ ਜੋਰੀਆ ਤੇਰੇ ਪ੍ਰੇਮ ਦੇ ਵਸ ਹੋ ਗਏਂ ਤੂੰ ਬਚਨ ਕਰਾ ਲਿਆ ਹੁਣ ਮੈਂ 10ਵੇਂ ਜਾਮੇ ਵਿੱਚ ਆਵਾਂਗਾ ਤੇਰੇ ਘਰ ਆਵਾਂਗਾ ਅਜਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਇਹ ਗੁਰੂ ਨਾਨਕ ਦੇਵ ਦਾ ਬਚਨ ਕੀਤਾ ਹੋਇਆ ਸੀ ਸਾਲਸਰੇ ਜੋਰੀ ਨਾਲ 10ਵੇਂ ਜਾਮੇ ਵਿੱਚ ਇਥੇ ਹੀ ਪ੍ਰਗਟ ਹੋਵਾਂਗਾ ਉਹ ਬਚਨ ਪੂਰਾ ਕਰਨ ਖਾਤਰ ਤੁਸੀਂ ਇਤਿਹਾਸ ਸੁਣਦੇ ਰਹਿੰਨੇ ਹੋ ਸਾਡੇ ਸਤਿਗੁਰਾਂ ਨੇ ਚਾਰ ਉਦਾਸੀਆਂ ਗੁਰੂ ਨਾਨਕ ਦੇਵ ਜੀ ਨੇ ਕੀਤੀਆਂ ਹੋਰ ਸਤਿਗੁਰੂ ਵੀ ਪ੍ਰਚਾਰ ਕਰਦੇ ਜਾਂਦੇ ਰਹੇ ਪਰ ਕਿਸੇ ਗੁਰੂ ਨੇ ਆਪਣਾ ਪਰਿਵਾਰ ਨਾਲ ਲੈ ਕੇ ਸਫਰ ਨਹੀਂ ਕੀਤਾ ਨਾ ਗੁਰੂਆਂ ਦਾ ਇਤਿਹਾਸ ਪੜ੍ਹ ਲਿਓ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਜਦਨ ਇਹਨਾਂ ਦੇ ਬਚਨ ਪੂਰੇ ਕਰਨ ਵਾਸਤੇ ਧੰ ਸਤਿਗੁਰ ਤੇਗ ਬਾਹadur ਜਦਨ ਆਨੰਦਪੁਰ ਸਾਹਿਬ ਤੋਂ ਪੂਰਬ ਨੂੰ ਤੁਰੇ ਆਪਣਾ ਪਰਿਵਾਰ ਨਾਲ ਲੈ ਕੇ ਤੁਰੇ ਕੋਈ ਇੱਕ ਤੇਗ ਬਹਾਦਰ ਮਹਾਰਾਜ ਹੋਰ ਕੋਈ ਗੁਰੂ ਸਾਹਿਬ ਪਰਿਵਾਰ ਨਾਲ ਲੈ ਕੇ ਨਹੀਂ ਤੁਰੇ ਸਾਰਾ ਸਫਰ ਕੱਟਦੇ ਆਏ ਅਲਾਹਾਬਾਦ ਆ ਗਏ ញੀਨੂੰ ਤਰਵੈਣੀ ਕਿਹਾ ਜਾਂਦਾ ਹੈ ਪ੍ਰਿਆਗ ਰਾਜ ਪ੍ਰਿਆਗ ਸੰਸਕ੍ਰਿਤ ਦਾ ਸ਼ਬਦ ਹੈ ਮੇਲ ਮਿਲਾਪ ਜੁੜਨਾ ਪ੍ਰਿਆਗ ਹੇਮਕੁੰਡ ਸਾਹਿਬ ਜਾਣੀ ਹੋਣੇ ਤੁਸੀਂ ਪੰਜ ਪ੍ਰਾਗ ਆਉਨੇ ਆ ਰਸਤੇ ਵਿੱਚ ਕਰਨ ਪ੍ਰਾਗ ਰੁਦਰ ਪ੍ਰਾਗ ਵਿਸ਼ਨੂੰ ਪ੍ਰਾਗ ਆਉਂਦੇ ਨਾ ਉਥੇ ਖੜ ਕੇ ਦੇਖਿਓ ਕੀ ਹੈ ਪ੍ਰਿਆਗ ਇੱਕ ਨਦੀ ਦੂਜੇ ਵਿੱਚ ਮਿਲਦੀ ਹੈ ਉਹਨੂੰ ਪ੍ਰਿਆਗ ਕਹਿੰਦੇ ਨੇ ਪੰਜਾਬੀ ਦਾ ਵਿਆਕਰਣ ਸੁਣੋ ਪਾਰ ਜਮ ਆਗ ਪਾਰ ਕਹੀਏ ਦੂਜਾ ਆਗ ਕਹੀਏ ਆਗਮਨ ਇੱਕ ਕੋ ਦੂਜੇ ਦਾ ਆਉਣਾ ਪ੍ਰਿਆਗ ਉਥੇ ਤਿੰਨ ਨਦੀਆਂ ਮਿਲਦੀਆਂ ਨੇ ਜਿਸ ਕਰਕੇ ਪ੍ਰਿਆਗ ਰਾਜ ਹੈ ਅਸਲ ਨਾਮ ਪ੍ਰਿਆਗ ਰਾਜ ਹੈ ਅੱਲਾਹਾਬਾਦ ਪਤਾ ਕਿਨੇ ਰੱਖਿਆ ਇਹ ਮੁਗਲਾਂ ਪਠਾਨਾਂ ਨੇ ਧੱਕੇ ਦੇ ਨਾਲ ਹਿੰਦੂਆਂ ਦੇ ਮਹਾਨ ਤੀਰ ਦਾ ਨਵ ਬਦਲਿਆ ਕਹਿੰਦੇ ਕੋਈ ਪ੍ਰਾਗ ਰਾਜ ਨਹੀਂ ਇਹ ਇਲਾਹਾਬਾਦ ਅੱਲਾ ਦਾ ਆਬਾਦ ਕੀਤਾ ਹੋਇਆ ਸ਼ਹਿਰ ਇਹ ਮੁਸਲਮਾਨਾਂ ਨੇ ਜੋਰ ਨਾਲ ਨਵ ਰੱਖਿਆ ਸੀ ਇੱਥੇ ਆਗੇ ਮਹਾਰਾਜ ਨਵੇਂ ਪਾਸ਼ਾ ਸਤਗੁਰਾਂ ਦੀ ਬਿਰਧ ਮਾਤਾ ਮਾਤਾ ਨਾਨਕੀ ਜੀ ਨਾਲ ਨੇ ਧਰਮ ਸ਼ਪਤ